ਹੈਲੋ ਫਰੈਂਡਸ ਹਾਈ ਫਾਈ ਜੀਕੇ ਗੁਰੂ ਜੀ ਚੈਨਲ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਇੰਗਲਿਸ਼ ਗ੍ਰਾਮਰ ਹੈ ਜਿਹੜੀ ਬਿਲਕੁਲ ਬੇਸਿਕ ਤੋਂ ਕਰਵਾਉਣੀ ਸ਼ੁਰੂ ਕਰੀ ਹੋਈ ਆ ਇਹਦੇ ਵਿੱਚ ਮੈਂ ਤੁਹਾਨੂੰ ਜਿਹੜਾ ਹੈਗਾ ਨਾਉਨ ਟਾਪਿਕ ਆ ਉਹ ਕਵਰ ਕਰਵਾ ਰਹੀ ਆ ਨਾਉਨ ਦੀਆਂ ਚਾਰ ਟਾਈਪਸ ਦੀਆਂ ਪਹਿਲਾਂ ਮੈਂ ਚਾਰ ਵੀਡੀਓਜ਼ ਬਣਾ ਚੁੱਕੀ ਆ ਆਈ ਹੋਪ ਕਿ ਤੁਸੀਂ ਸਾਰਿਆਂ ਨੇ ਉਹ ਦੇਖ ਲਈਆਂ ਹੋਣੀਆਂ ਤੇ ਤੁਹਾਨੂੰ ਉਹ ਚਾਰੋਂ ਸਮਝ ਵੀ ਆਈਆਂ ਹੋਣਗੀਆਂ ਆਪਣੀ ਅੱਜ ਦੀ ਇਸ ਵੀਡੀਓ ਰਾਹੀਂ ਆਪਾਂ ਨਾਮ ਦੀ ਜਿਹੜੀ ਪੰਜਵੀਂ ਟਾਈਪ ਆ ਕਲੈਕਟਿਵ ਨਾਉਨ ਉਹਨੂੰ ਕਵਰ ਕਰਾਂਗੇ ਕਲੈਕਟਿਵ ਨਾਉਨ ਮਤਲਬ ਕਿ ਇਕੱਠਵਾਚਕ ਨਾਮ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਕਿਉਂਕਿ ਕੋਈ ਵੀ ਫੋਰਨ ਲੈਂਗੁਏਜ ਆ ਜਦੋਂ ਆਪਾਂ ਉਹਨੂੰ ਆਪਣੀ ਲੈਂਗੁਏਜ ਦੇ ਨਾਲ ਕੰਪੇਅਰ ਕਰਕੇ ਪੜ੍ਹਦੇ ਆ ਤਾਂ ਉਹਨੂੰ ਸਿੱਖਣ ਵਿੱਚ ਜਿਹੜਾ ਹੈਗਾ ਸੌਖਾ ਹੋ ਜਾਂਦਾ ਵਾ ਹਾਂਜੀ ਇਕੱਠਵਾਚਕ ਨਾਮ ਇਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਆਓ ਇਸ ਦੀ ਡੈਫੀਨੇਸ਼ਨ ਦੇਖਦੇ ਆ ਆ ਕਲੈਕਟਿਵ ਨਾਉਨ ਇਜ਼ ਦਾ ਨੇਮ ਆਫ ਅ ਗਰੁੱਪ ਆਫ ਪਰਸਨਸ ਐਨੀਮਲਸ অর things of the same kind देखो ਇਹਦੇ ਵਿੱਚ ਇੰਪੋਰਟੈਂਟ ਸੀਜ਼ ਜਿਹੜੀ ਯਾਦ ਰੱਖਣ ਵਾਲੀਆਂ ਕੀ ਆ ਨੇਮ ਆਫ ਅ ਗਰੁੱਪ ਕਿ ਇਹ ਕੀ ਆ ਇੱਕ ਤਰ੍ਹਾਂ ਦਾ ਸਮੂਹ ਦੀ ਗੱਲ ਕੀਤੀ ਜਾਂਦੀ ਆ ਇਹਦੇ ਵਿੱਚ ਸਮੂਹ ਕਿਹਦਾ ਹੋ ਸਕਦਾ ਪਰਸਨਸ ਵਿਅਕਤੀਆਂ ਦਾ ਵੀ ਹੋ ਸਕਦਾ ਐਨੀਮਲਸ ਜਾਨਵਰਾਂ ਦਾ ਵੀ ਹੋ ਸਕਦਾ ਥਿੰਗਸ ਮੀਨਸ ਕਿ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਵੀ ਸਮੂਹ ਹੋ ਸਕਦਾ ਵਾ ਨੈਕਸਟ ਹੈਗਾ ਇਹਦੀ ਐਗਜ਼ਾਮਪਲਸ ਕੁਐਸਚਨ ਦਿੱਤੀਆਂ ਹੋਈਆਂ ਨੇ ਆਪਾਂ ਨੂੰ ਉਹਨਾਂ ਨੂੰ ਦੇਖਦੇ ਆਂ ਫਸਟ ਦਿੱਤਾ ਹੋਇਆ ਫਲੌਕ ਕੀ ਬਹੁਤ ਸਾਰੀਆਂ ਭੇਡਾਂ ਨੇ ਉਹ ਇਕੱਠੀਆਂ ਜਾ ਰਹੀਆਂ ਨੇ ਉਹਨਾਂ ਦੇ ਝੁੰਡ ਨੂੰ ਕੀ ਕਹਿੰਦੇ ਆ ਫਲੌਕ ਦੈਨ ਹੈਗਾ ਕੈਟਲ ਕੀ ਬਹੁਤ ਸਾਰੇ ਪਸ਼ੂ ਨੇ ਜਾਨਵਰ ਨੇ ਇੱਕ ਜਗ੍ਹਾ ਇਕੱਠੇ ਆ ਉਹਨਾਂ ਦੇ ਸਮੂਹ ਨੂੰ ਕੀ ਕਹਿੰਦੇ ਆ ਕੈਟਲ ਕਲਾਸ ਇੱਕ ਕਲਾਸ ਦੇ ਵਿੱਚ ਬੱਚੇ ਆ ਜਿਹੜੇ ਪੜਨ ਦੇ ਮੋਟਿਵ ਨੂੰ ਲੈ ਕੇ ਇਕੱਠੇ ਹੋਏ ਆ ਉਹਨਾਂ ਨੂੰ ਆਪਾਂ ਕੀ ਕਹਿੰਨੇ ਆ ਕਲਾਸ ਕਹਿੰਨੇ ਆ ਤੇ ਜਿਹੜੇ ਫੌਜੀ ਆ ਸਾਰੇ ਉਹਨਾਂ ਦਾ ਇੱਕ ਸਮੂਹ ਬਣਿਆ ਹੋਇਆ ਉਸ ਸਮੂਹ ਨੂੰ ਕੀ ਕਿਹਾ ਜਾਂਦਾ ਆਰਮੀ ਕਹਿੰਨੇ ਆ ਐਂਡ ਪਰਿਵਾਰ ਵਿੱਚ ਸਾਰੇ ਮੈਂਬਰ ਇਕੱਠੇ ਰਹਿੰਦੇ ਆ ਉਹ ਮੈਂਬਰਾਂ ਦਾ ਜਿਹੜਾ ਇੱਕ ਗਰੁੱਪ ਹੈ ਇੱਕ ਸਮੂਹ ਆ ਉਹਨੂੰ ਕੀ ਨਾਮ ਦਿੱਤਾ ਜਾਂਦਾ ਫੈਮਿਲੀ ਦਾ ਨਾਮ ਦਿੱਤਾ ਜਾਂਦਾ ਥੈਨ ਇੱਕੋ ਜੀ ਯੋਗਤਾ ਵਾਲੇ ਮੈਂਬਰਸ ਨੇ ਉਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਉਹਨਾਂ ਦੇ ਗਰੁੱਪ ਨੂੰ ਕਾਹਦਾ ਨਾਮ ਦਿੱਤਾ ਜਾਂਦਾ ਕਮੇਟੀ ਦਾ ਨਾਮ ਦਿੱਤਾ ਜਾਂਦਾ ਫਿਰ ਇਸ ਤਰ੍ਹਾਂ ਜਿਹੜੇ ਵਾਰਡਾ ਫਲੌਕ ਹੋ ਗਿਆ ਕੈਟਲ ਹੋ ਗਿਆ ਕਲਾਸ ਹੋ ਗਿਆ ਆਰਮੀ ਹੋ ਗਿਆ ਫੈਮਿਲੀ ਹੋ ਗਿਆ ਕਮੇਟੀ ਹੋ ਗਿਆ ਇਹ ਸਾਰੇ ਕੀ ਨੇ ਕਲੈਕਟਿਵ ਨਾਉਨ ਨੇ ਇਹ ਟੈਗਾ ਇਹਨਾਂ ਨੂੰ ਹੋਰ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਪੜਨ ਦੇ ਲਈ ਆਪਾਂ ਇਹਦੀ ਐਕਸਰਸਾਈਜ਼ ਸੋਲਵ ਕਰਾਂਗੇ ਅੰਡਰਲਾਈਨ ਦਾ ਕਲੈਕਟਿਵ ਨਾਉਨ ਇਹਦੇ ਵਿੱਚੋਂ ਆਪਾਂ ਇਹਨੂੰ ਪੜ ਪੜ ਕੇ ਜਿਹੜੇ ਕਲੈਕਟਿਵ ਨਾਉਨਸ ਨੇ ਉਹਨਾਂ ਨੂੰ ਮੈਂ ਅੰਡਰਲਾਈਨ ਕਰੀ ਜਾਊਂਗੀ ਫਸਟ ਐਜ਼ੀ आवर ਆਰਮੀ ਵਨ ਦਾ ਬੈਟਲ ਇਹਦੇ ਵਿੱਚੋਂ ਆਰਮੀ ਵਰਡ ਆ ਜਿਹੜਾ ਉਹ ਕੀ ਆ ਕਲੈਕਟਿਵ ਨਾਉਨ ਆ ਆਈ ਹੈਵ ਲੋਸਟ ਮਾਈ ਬੰਚ ਆਫ ਕੀਜ਼ ਕੀ ਬਹੁਤ ਸਾਰੀਆਂ ਚਾਬੀਆਂ ਨੇ ਜਦੋਂ ਇਕੱਠੀਆਂ ਕਰਕੇ ਮੰਨ ਲਓ ਇੱਕ ਛੱਲੇ ਦੇ ਵਿੱਚ ਪਾਈਆਂ ਹੋਈਆਂ ਨੇ ਉਹਨਾਂ ਦਾ ਇੱਕ ਗੁੱਛਾ ਬਣ ਗਿਆ ਨਾ ਉਹਨੂੰ ਆਪਾਂ ਇੰਗਲਿਸ਼ 'ਚ ਕੀ ਕਹਿੰਦੇ ਆ ਬੰਚ ਆਫ ਕੀਜ਼ ਤੇ ਬੰਚ ਵਰਡ ਆ ਜਿਹੜਾ ਇਹ ਕੀ ਆ ਕਲੈਕਟਿਵ ਨਾਉਨ ਆ ਨੈਕਸਟ ਦੇਖਦੇ ਆ ਦਾ ਕੈਟਲ ਆਰ ਗ੍ਰੇਜ਼ਿੰਗ ਇਨ ਦਾ ਫੀਲਡ ਕੀ ਬਹੁਤ ਸਾਰੇ ਪਸ਼ੂ ਆ ਜਿਹੜੇ ਹੁਣ ਇੱਕ ਜਗ੍ਹਾ ਚਾਰ ਰਹੇ ਆ ਹਨਾ ਖੇਤ ਵਿੱਚ ਚਾਰ ਰਹੇ ਆ ਨਾ ਤਾਂ ਉਹ ਕੀ ਆ ਉਹਨਾਂ ਇਕੱਠਿਆਂ ਦੇ ਲਈ ਇੱਕ ਹੀ ਵਰਡ ਯੂਜ਼ ਕੀਤਾ ਗਿਆ ਉਹ ਕੀ ਕੈਟਲ ਕੈਟਲ ਕੀ ਆ ਕਲੈਕਟਿਵ ਨਾਉਨ ਨੈਕਸਟ ਹੈ ਫਾਦਰ ਵਾਟ ਆ ਪੈਕੇਟ ਆਫ ਸਵੀਟਸ ਕਿ ਬਹੁਤ ਸਾਰੀਆਂ ਮਠਾਈਆਂ ਨੇ ਹੁਣ ਹੈਨਾ ਇੱਕ ਪੈਕੇਟ ਦੇ ਵਿੱਚ ਉਹ ਇਕੱਠੀਆਂ ਕਰੀਆਂ ਹੋਈਆਂ ਨੇ ਜਿਹਦੇ ਵਿੱਚ ਉਹ ਇਕੱਠੀਆਂ ਕਰੀਆਂ ਨੂੰ ਕੀ ਕਹਿੰਦੇ ਆ ਪੈਕੇਟ ਆਫ ਜਿਹੜਾ ਪੈਕੇਟ ਜਿਹੜਾ ਕੀ ਆ ਉਹ ਕੀ ਵਰਡ ਹੋ ਗਿਆ ਇੱਕ ਤਰ੍ਹਾਂ ਨਾਲ ਕਲੈਕਟਿਵ ਨਾਉਨ ਹੋ ਗਿਆ ਨੈਕਸਟ ਦੇਖਦੇ ਆ ਆਵਰ ਕਲਾਸ ਇਜ਼ ਬੈਰੀ ਨੋਇਸੀ ਇਹਦੇ ਵਿੱਚੋਂ ਕਲਾਸ ਵਰਡ ਆ ਜਿਹੜਾ ਕਲੈਕਟਿਵ ਨਾਉਨ ਦਾ ਮੌਬ ਡਿਸਟਰੋਇਡ ਦਾ ਫਰਨੀਚਰ ਕੀ ਜਿਹੜੀ ਭੀੜ ਆ ਉਹ ਫਰਨੀਚਰ ਨੂੰ ਡਿਸਟਰੋਏ ਕੀ ਕਰ ਰਹੀ ਆ ਉਹਦਾ ਨੁਕਸਾਨ ਕਰ ਰਹੀ ਆ ਉਹਨੂੰ ਤੋੜ ਰਹੀ ਆ then ਮੌਵ ਇੱਕ ਤਰ੍ਹਾਂ ਨਾਲ ਭੀੜ ਦਾ ਵਰਡ ਆ ਜਿਹੜਾ ਇਹ ਕੀ ਹੋ ਗਿਆ ਕਲੈਕਟਿਵ ਨਾਉਨ ਹੋ ਗਿਆ ਵੀ ਬੁੱਕ ਨਾ ਸੂਟ ਆਫ ਰੂਮਸ ਇਨ ਦਾ ਹੋਟਲ ਦੇਖੋ ਹੋਟਲ ਦੇ ਵਿੱਚ ਕਿਸੇ ਨੇ ਇੱਕ ਰੂਮ ਲਿਆ ਉਹਨੂੰ ਤਾਂ ਆਪਾਂ ਰੂਮ ਕਹਾਂਗੇ then ਇੱਕ ਤੋਂ ਵੱਧ ਦੋ ਜਾਂ ਦੋ ਤੋਂ ਜ਼ਿਆਦਾ ਰੂਮਸ ਲਏ ਆ ਰੂਮਸ ਦਾ ਹੁਣ ਜਿਹੜਾ ਉਹ ਗਰੁੱਪ ਬਣ ਗਿਆ ਉਹਨੂੰ ਆਪਾਂ ਦੋ ਤਿੰਨ ਰੂਮਸ ਕਹਿਣ ਦੀ ਬਜਾਏ ਕੀ ਕਹਾਂਗੇ ਸੂਟ ਆਫ ਰੂਮਸ ਠੀਕ ਹੈ ਸੂਟ ਜਿਹੜਾ ਕੀ ਆ ਵਰਡ ਐ ਇੱਥੇ ਕਲੈਕਟਿਵ ਨਾਉਨ ਆ ਨੈਕਸਟ ਹੈ ਆ ਹਾਕੀ ਟੀਮ ਹੈਜ਼ 11 ਪਲੇਅਰ ਹੁਣ 11 ਪਲੇਅਰ ਇਕੱਠੇ ਹੋ ਕੇ ਕਿਸੇ ਗੇਮ ਨੂੰ ਖੇਡ ਰਹੇ ਆ ਕਿ ਉਹਨੂੰ ਹਾਕੀ ਦੀ ਗੇਮ ਖੇਡ ਰਹੇ ਆ ਉਹਨਾਂ ਦਾ 11 ਜਿਹੜੇ ਪਲੇਅਰਸ ਨੇ ਉਹਨਾਂ ਨੂੰ ਮਿਲਾ ਕੇ ਇੱਕ ਗਰੁੱਪ ਬਣ ਗਿਆ ਉਹ ਗਰੁੱਪ ਨੂੰ ਇੱਕ ਨਾਮ ਦਿੱਤਾ ਕਹਾਦਾ ਟੀਮ ਦਾ ਨਾਮ ਦਿੱਤਾ ਦੈਨ ਟੀਮ ਬਾਡ ਕੀ ਆ ਕਲੈਕਟਿਵ ਨਾਉਨ ਨੈਕਸਟ ਹੈ ਵੀ ਬੋਟ ਆ ਬੰਚ ਆਫ ਗ੍ਰੇਪਸ ਦੈਨ ਅਗੇਨ ਬੰਚ ਆ ਗਿਆ ਕਿ ਜਿਹੜੇ ਗ੍ਰੇਪਸ ਨੇ ਉਹ ਇਕੱਠੇ ਇੱਕ ਗੁੱਛੇ ਨੂੰ ਲੱਗੇ ਹੁੰਦੇ ਆ ਨਾ ਦੈਨ ਉਹਨਾਂ ਦੇ ਗੁੱਛੇ ਨੂੰ ਕੀ ਕਹਿੰਦੇ ਆਪਾਂ ਇੰਗਲਿਸ਼ ਚ ਬੰਚ ਆਫ ਗ੍ਰੇਪਸ ਨੈਕਸਟ ਕੰਟੀਨਿਊ ਕਰਦੇ ਆ ਸੋਲ ਆਫ ਫਿਸ਼ ਕੇਮ ਟੂ ਦਾ ਸ਼ੋਰ ਕਿ ਮੱਛੀਆਂ ਦਾ ਜਿਹੜਾ ਇੱਕ ਆਪਾਂ ਸਮੂਹ ਕਹਿ ਦਈਏ ਠੀਕ ਆ ਉਹਨੂੰ ਕੀ ਕਿਹਾ ਜਾਂਦਾ ਵਾ ਇੰਗਲਿਸ਼ ਦੇ ਵਿੱਚ ਸੋਲ ਕਹਿੰਦੇ ਆ ਅੱਗੇ ਹੈਗੀਆਂ ਇਹਦੀਆਂ ਅਦਰ ਇਗਜ਼ੈਪਲਸ ਆਪਾਂ ਨੂੰ ਦਿੱਤੀਆਂ ਹੋਈਆਂ ਨੇ ਜਿਵੇਂ ਆ ਸੋਲ ਆਫ ਫਿਸ਼ ਕੀ ਮੱਛੀਆਂ ਦਾ ਇੱਕ ਸਮੂਹ ਆ ਹਾਈਪ ਆਫ ਬੀਜ਼ ਇਹ ਹੋ ਗਿਆ ਮੱਖੀਆਂ ਨੇ ਜਿਹੜੀਆਂ ਉਹਨਾਂ ਦਾ ਇੱਕ ਸਮੂਹ ਆ ਪ੍ਰਾਈਡ ਆਫ ਲਾਇਨ ਜਿਹੜੇ ਸੀ ਮਤਲਬ ਨਾ ਲਾਇਨਸ ਨੇ ਸ਼ੇਰ ਨੇ ਉਹਨਾਂ ਦਾ ਇੱਕ ਸਮੂਹ ਆ ਉਹਨੂੰ ਕੀ ਕਹਿੰਨੇ ਆ ਪ੍ਰਾਈਡ ਕਿਹਾ ਜਾਂਦਾ ਵਾ ਆ ਹਾਰਡ ਆਫ ਕੈਟਲ ਹੁਣ ਕੈਟਲ ਆ ਇਕੱਠਾ ਉਹਨਾਂ ਦਾ ਇੱਕ ਗਰੁੱਪ ਆ ਉਹਨੂੰ ਕੀ ਕਹਿੰਦੇ ਆ ਹਾਰਡ ਕਹਿੰਦੇ ਆ ਆ ਫਲਾਈਟ ਆਫ ਸਟੇਅਰਸ ਸਟੇਅਰਸ ਦਾ ਗਰੁੱਪ ਉਹਨੂੰ ਕੀ ਕਹਿੰਦੇ ਆ ਫਲਾਈਟ ਕਹਿੰਦੇ ਆ ਆ ਬੰਚ ਆਫ ਕੀਜ਼ ਇਹ ਆਪਾਂ ਪਹਿਲਾਂ ਵੀ ਪੜਕੇ ਆਏ ਆ ਵੀਡੀਓਜ਼ ਦੇ ਵਿੱਚ ਆ ਫਲੌਕ ਆਫ ਸ਼ੀਪ ਇਹ ਵੀ ਆਪਾਂ ਸਟਾਰਟਿੰਗ ਦੇ ਵਿੱਚ ਪੜਿਆ ਸੀਗਾ ਜੇ ਤੁਹਾਨੂੰ ਸਾਰਿਆਂ ਨੂੰ ਧਿਆਨ ਨਾਲ ਸੁਣਿਆ ਹੋਵੇ ਤਾਂ ਯਾਦ ਆਊਗਾ ਆ ਕ੍ਰਿਊ ਆਫ ਸੇਲਰਸ ਮਤਲਬ ਕਿ ਜਿਹੜੇ ship ਦੇ ਵਿੱਚ ਆਪਾਂ ਕਹਿ ਦਈਏ ਨੈਵੀ ਵਾਲੇ ਕਹਿ ਦਈਏ ਹੈਨਾ ਜਿਹੜੇ ਇੱਕ ਤਰ੍ਹਾਂ ਨਾਲ ਵਪਾਰੀ ਨੇ ਉਹਨਾਂ ਦਾ ਜਿਹੜਾ ਇੱਕ ਸਮੂਹ ਆ ਉਹਨੂੰ ਕੀ ਕਿਹਾ ਜਾਂਦਾ ਕ੍ਰਿਊ ਕਿਹਾ ਜਾਂਦਾ ਬਾ ਆ ਹੀਪ ਆਫ ਸਟੋਨਸ ਮਤਲਬ ਪੱਥਰਾਂ ਦਾ ਇੱਕ ਢੇਰ ਹੋ ਗਿਆ ਆ ਸਟ੍ਰਿੰਗ ਆਫ ਪੈਰਲਸ ਮੋਤੀਆਂ ਦੀ ਇੱਕ ਲੜੀ ਹੋਗੀ ਆ ਬਾਸਕਟ ਆਫ ਫਰੂਟਸ ਇਹ ਤਾਂ ਆਪ ਸਭ ਨੂੰ ਪਤਾ ਆਏਗਾ ਕਿ ਫਲਾਂ ਦੀ ਇੱਕ ਟੋਕਰੀ ਹੈ ਨਾ ਅ ਗੈਂਗ ਆਫ thieves ਚੋਰਾਂ ਦਾ ਜਾਂ ਠੱਗਾਂ ਦਾ ਇੱਕ ਗੈਂਗ ਹੁੰਦਾ ਵਾ ਆ ਲਾਇਬ੍ਰੇਰੀ ਆਫ ਬੁਕਸ ਜਿੱਥੇ ਬਹੁਤ ਸਾਰੀਆਂ ਬੁਕਸ ਇਕੱਠੀਆਂ ਹੁੰਦੀਆਂ ਨੇ ਲਾਇਬ੍ਰੇਰੀ ਦੇ ਵਿੱਚ ਆ ਬੰਡਲ ਆਫ ਸਟਿਕਸ ਕੀ ਜਿਹੜੀਆਂ ਸੋਟੀਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਬੰਡਲ ਹੁੰਦਾ ਵਾ ਜਦੋਂ ਉਹਨਾਂ ਨੂੰ ਇਕੱਠੀਆਂ ਕਰਕੇ ਰੱਖਿਆ ਹੋਵੇ ਆ ਬੰਚ ਆਫ ਆ ਬੈਂਚ ਆਫ ਜਜਸ ਮਤਲਬ ਜਿਹੜੇ ਜਾਂਚ ਨੇ ਜਦੋਂ ਇੱਕ ਜਗ੍ਹਾ ਇਕੱਠੇ ਨੇ ਉਹਨਾਂ ਦਾ ਇੱਕ ਗਰੁੱਪ ਹੈ ਇੱਕ ਸਮੂਹ ਬਣਿਆ ਉਹਨੂੰ ਬੈਂਚ ਕਿਹਾ ਜਾਂਦਾ ਆ ਕਰਾਊਡ ਆਫ ਪੀਪਲ ਲੋਕਾਂ ਦਾ ਜਿਹੜਾ ਭੀੜਾ ਲੋਕਾਂ ਦਾ ਇਕੱਠਾ ਉਹਨੂੰ ਇੰਗਲਿਸ਼ ਆਪਾਂ ਕੀ ਕਹਿੰਦੇ ਆ ਆ ਕਰਾਊਡ ਆਫ ਪੀਪਲ a brood of chicken ਹਨ ਦੇ ਜਿਹੜੇ ਬੇਬੀਜ਼ ਹੁੰਦੇ ਨੇ ਛੋਟੇ ਠੀਕਾ ਉਹਨਾਂ ਦਾ ਇੱਕ ਸਮੂਹ ਆ ਉਹਨੂੰ ਆਪਾਂ ਕੀ ਕਹਿੰਦੇ ਆ ਬਰੂਡ ਕਹਿੰਦੇ ਆ a band of musicians ਜਿਹੜੇ ਸੰਗੀਤਕਾਰ ਹੁੰਦੇ ਨੇ ਉਹਨਾਂ ਦਾ ਇਕੱਠਿਆਂ ਦਾ ਇੱਕ ਸਮੂਹ ਹੁੰਦਾ ਉਹਨੂੰ ਬੈਂਡ ਕਹਾ ਜਾਂਦਾ ਵਾ a wardrobe of clothes ਮਤਲਬ ਇੱਕ ਜਗ੍ਹਾ ਇਹੋ ਜੀ ਜਿੱਥੇ ਆਪਾਂ ਸਾਰੇ ਆਪਣੇ ਕੱਪੜੇ ਇਕੱਠੇ ਕਰਕੇ ਰੱਖਦੇ ਆ ਉਹਨੂੰ ਕੀ ਕਹਿੰਦੇ ਆ ਬਾਰਡਰੋਬ ਕਹਿ ਦਿੰਦੇ ਆ ﺍﻟमेरा ਟਾਈਪ ਹੁੰਦੀ ਆ ਆ ਰੈਜੀਮੈਂਟ ਆਫ ਸ਼ੋਲਡਜਰਸ ਸ਼ੋਲਡਜਰਸ ਫਿਰ ਜਿਹੜੇ ਅਲੱਗ-ਅਲੱਗ ਰੈਜੀਮੈਂਟਸ ਵਿੱਚ ਬੰਦੇ ਹੁੰਦੇ ਆ ਨਾ ਸਿੱਖ ਰੈਜੀਮੈਂਟ ਹੋ ਗਿਆ ਰਾਜਪੂਤ ਰੈਜੀਮੈਂਟ ਹੋ ਗਿਆ ਹਿੰਦੂ ਰੈਜੀਮੈਂਟ ਹੋ ਗਿਆ ਇੰਨਾ ਸਾਰਿਆਂ ਨੂੰ ਕੀ ਕਹਿੰਦੇ ਆ ਕਿ ਇੰਨਾ ਸਾਰਿਆਂ ਦਾ ਇੱਕ ਸਮੂਹ ਆ ਅਲੱਗ-ਅਲੱਗ ਕੈਟਾਗਰੀ ਵਾਲਿਆਂ ਦਾ ਉਹਨੂੰ ਰੈਜੀਮੈਂਟਸ ਦਾ ਨਾਮ ਦਿੱਤਾ ਜਾਂਦਾ ਰੈਜੀਮੈਂਟ ਆ ਜਿਹੜਾ ਇੱਥੇ ਇੱਕ ਹੈਗਾ ਵਾ ਕਲੈਕਟਿਵ ਨਾਉਨ ਆ ਨੈਕਸਟ ਹੈ ਆ ਫਲੀਟ ਆਫ ਸ਼ਿਪਸ অর ਕਾਰ ਕਾਰ ਤੇ ਸ਼ਿਪਸ ਜਿਹੜੀਆਂ ਉਹਨਾਂ ਨੂੰ ਇਕੱਠਿਆਂ ਦੇ ਸਮੂਹ ਨੂੰ ਕੀ ਕਹਿੰਦੇ ਆ ਫਲੀਟ ਦਾ ਨਾਮ ਦਿੱਤਾ ਗਿਆ ਨੈਕਸਟ ਹੈਗਾ ਆ ਲੀਟਰ ਆਫ ਪਪਸ অর ਪਿਗਲੈਟਸ ਮਤਲਬ ਕਿ ਜਿਹੜੇ ਪਪਸ ਡੌਗਸ ਦੇ ਜਿਹੜੇ ਬੱਚੇ ਹੋਗੇ ਜਾਂ ਜਿਹੜੇ ਪਿਗਲੈਟਸ ਸੂਰਾਂ ਦੇ ਜਿਹੜੇ ਬੱਚੇ ਹੋਗੇ ਉਹਨਾਂ ਦੇ ਸਮੂਹ ਨੂੰ ਲੀਟਰ ਕਿਹਾ ਜਾਂਦਾ ਵਾ ਆ ਪੈਕ ਆਫ ਕਾਰਸ ਕੀ ਜਿਹੜੇ ਕਾਰਸ ਨੇ ਪਲੇਇੰਗ ਕਾਰਸ ਨੇ ਜਿਵੇਂ ਆਪਣੀ ਤਾਂਸ਼ ਆ ਠੀਕ ਆ ਉਹਨਾਂ ਦੇ ਇੱਕ ਸਮੂਹ ਨੂੰ ਆਪਾਂ ਕੀ ਕਹਿ ਦਿੰਨੇ ਆ ਪੈਕ ਆਫ ਕਹਿ ਦਿੰਨੇ ਆ ਦੈਨ ਇਹਦੇ ਨਾਲ ਹੀ ਜਿਹੜਾ ਸੀਗਾ ਅੱਜ ਦਾ ਆਪਣਾ ਨਾਮ ਦੀ ਜਿਹੜੀ 5th ਟਾਈਪ ਆ ਉਹ ਖਤਮ ਹੁੰਦੀ ਆ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਪਸੰਦ ਆਈ ਹੋਊਗੀ ਸਾਰਿਆਂ ਨੂੰ ਸਮਝ ਆਈ ਹੋਊਗੀ ਜੇ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਇਸ ਦੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡਾ ਜਿਹੜਾ ਹਾਈ ਫਾਈ ਜੀ ਕੇ ਗੁਰੂ ਦੀ ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ ਥੈਂਕ ਯੂ